ਅੱਜ ਦੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਸਾਲਾਨਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਈ ਨਗਰਾਂ ਦਾ ਸਾਡਾ ਨਗਰ ਕੀਰਤਨ ਹੁੰਦਾ ਹੈ, ਜਿਸ ਦੇ ਵਿੱਚ ਹਰ ਨਗਰ ਦੇ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ। ਅਤੇ ਜਿਸ ਤਰ੍ਹਾਂ ਪਿੰਡ ਇਮਾਮਗੜ੍ਹ ਤੋਂ ਅਸੀਂ ਬੀੜ ਹੁੰਦੇ ਹੋਏ, ਧਨੋ ਹੁੰਦੇ ਹੋਏ ਇੱਥੇ ਵੱਡੇ ਚੱਕ ਪਹੁੰਚਦੇ ਹਾਂ, ਤਾਂ ਸਾਡੇ ਜੋ ਲੰਗਰ ਪ੍ਰਸ਼ਾਦੇ ਦਾ ਪ੍ਰੋਗਰਾਮ ਹੁੰਦਾ ਹੈ ਉਹ ਸਾਡਾ ਪਿੰਡ ਚੱਕ ਦੇ ਵਿੱਚ ਹੁੰਦਾ ਹੈ। ਸੋ ਇਹ ਪਿੰਡ ਬੜੇ ਭਾਗਾਂ ਵਾਲੇ ਨੇ, ਜਿਨ੍ਹਾਂ ਦੀਆਂ ਸੰਗਤਾਂ ਸਹਿਯੋਗ ਨਾਲ ਇਹ ਉਦਮ ਉਪਰਾਲੇ ਕਰਦੀਆਂ ਨੇ, ਤਾਂ ਇਹੋ ਜਿਹੇ ਕੀਰਤਨ ਸਮਾਗਮ ਹੁੰਦੇ ਨੇ। ਤੋ ਸਾਰੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ। ਸਤਿ ਸ੍ਰੀ ਅਕਾਲ।